Mange lag var jeg på. Yes. Yes, yes, live ਆ ਗਏ। ਹਾਂਜੀ ਕਿੱਦਾਂ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਹੋ ਆਈ ਥਿੰਕ ਆਪਾਂ ਆ ਗਏ ਨਾ ਲਾਈਵ ਯੈਸ ਆ ਗਏ ਆ ਗਏ ਆ ਗਏ ਆ ਗਏ ਆ ਜਾਓ ਛੇਤੀ ਛੇਤੀ ਲਾਈਵ ਆ ਜਾਓ ਸਾਰੇ ਜਾਣੇ ਫਿਰ ਗੱਲਾਂ ਬਾਤਾਂ ਕਰਦੇ ਹਾਂ ਕਿਉਂਕਿ 5-10 ਮਿੰਟ ਹੀ ਆ ਫਿਰ ਮੈਂ ਨਿਕਲ ਜਾਣਾ क्योंकि ज़्यादा गल्लां करनियां वैसे भी नहीं होंदियां। बहुत टाइम बाद लाइव आया, बहुत बहुत टाइम हो गया थे, मैंने भी याद नहीं कितने टाइम बाद लाइव आया। सो जसकरन बोतल च की है, बोतल जस्ता पानी है, तेरे वांगू वो चीज़ नहीं होंदी जिहड़ी तू समझ रखी है। ओके ओके आ जाओ आ जाओ आ जाओ आ जाओ सारे जणे आ जाओ दोबारा फिर एक करी ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੋ ਤੁਸੀਂ ਸਾਰੇ ਆ ਜਾਓ ਆ ਜਾਓ ਆ ਜਾਓ ਮੈਸੇਜ ਰੁਕ ਕੇ ਪੜ੍ਹਦੇ ਹਾਂ ਉਸਤਾਦ ਸਟੈਬਿਨ ਭਾਜੀ ਵੈਲਕਮ ਸਰ ਜੱਗੀ ਭਾਜੀ ਵੈਲਕਮ ਆਈਏ 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 ਅਤੇ ਮੈਂ ਲਾਈਵ ਬਹੁਤ ਘੱਟ ਘੱਟ ਕਿ ਮੈਂ ਆਉਂਦਾ ਹੀ ਨਹੀਂ ਆਲਮੋਸਟ ਮਤਲਬ ਇੱਦਾਂ ਮਤਲਬ ਬਹੁਤ ਹੀ ਰੇਅਰ ਚਾਂਸ ਹੁੰਦੇ ਆ ਮੇਰੇ ਲਾਈਵ ਆਉਂਦੇ ਤੁਹਾਨੂੰ ਪਤਾ ਹੀ ਹੈ ਅਤੇ ਅੱਜ ਵੀ ਕੋਈ ਬਹੁਤ ਖਾਸ ਕਾਰਨ ਨਹੀਂ ਸੀ ਜਾਂ ਐਵੇਂ ਕਹਿ ਸਕਦਾ ਸੀ ਵੀ ਅਤੇ ਸਭ ਤੋਂ ਪਹਿਲਾਂ ਤਾਂ ਇਹ ਆ ਪਰ ਤੁਸੀਂ ਇੱਕ ਵਾਰੀ ਆ ਜਾਓ ਚਲੋ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਹੋਰ ਆ ਜਾਓ ਸਾਰੇ ਜਣੇ ਫਿਰ ਕਰਦੇ ਹਾਂ ਬਹੁਤ ਮੁਸ਼ਕਿਲ ਨਾਲ ਪਹਿਲਾਂ ਹੀ ਅਸੀਂ VPN VPN ਅਟੈਚ ਕਰਕੇ ਲੋਟਾ ਜੀ ਨੇ ਲਾਈਵ ਕਰਾਇਆ ਨਹੀਂ ਤਾਂ ਇਹ ਕੈਂਸਲ ਹੋਣ ਲੱਗਿਆ ਸੀ ਲਾਈਵ ਰਾਮ ਰਾਮ ਜਾਨੀ ਬਾਈ ਰਾਮ ਰਾਮ ਬਾਈ ਲਖਨਊ ਕਬ ਆ ਰਹੇ ਹੋ ਲਖਨਊ ਪਤਾ ਹੀ ਨਹੀਂ ਯਾਰ ਜਦੋਂ ਕਿਸਮਤ ਬੁਲਾਓਗੀ ਲਖਨਊ ਆ ਜਾਵਾਂਗੇ ਭਾਜੀ ਕਦੇ ਜੰਮੂ ਦਾ ਟੂਰ ਜੰਮੂ ਦਾ ਯਾਰ ਮਤਲਬ ਮੈਂ ਪਲੈਨ ਕਦੇ ਅੱਧਾ ਬਣਾਉਂਦਾ ਹੀ ਨਹੀਂ ਆ ਨਾ ਡੈਸਟਨੀ ਆ ਜਿੱਥੇ ਲੈ ਕੇ ਆ ਗਈ ਉੱਥੇ ਆ ਜਾਵਾਂਗੇ ਇਸ ਤਰ੍ਹਾਂ ਕੋਈ ਚੱਕਰ ਹੀ ਨਹੀਂ ਆ ਜਾਂਦੇ ਮੇਰੇ ਕਾਰਤਿਕ ਦੇਵ ਹੈਲੋ ਭਾਜੀ ਕਾਰਤਿਕ ਕੰਮ ਕਰ ਲਏ ਬਾਈ ਤੂੰ ਆਪਣਾ ਹੈਲੋ ਨਾ ਕਰਿਆ ਕਰਿਆ ਪੇ ਅੰਮ੍ਰਿਤਸਰ ਆ ਜਾਓ ਕਿਸੇ ਦਿਨ ਅੰਮ੍ਰਿਤਸਰ ਮੈਂ ਆਇਆ ਸੀਗਾ ਦਰਬਾਰ ਸਾਹਿਬ ਆਏ ਸੀ ਅਸੀਂ ਆਈ ਥਿੰਕ 1.5-2 ਮਹੀਨੇ ਪਹਿਲਾਂ ਯਾਰ ਉੱਥੇ ਹੀ ਜਦੋਂ ਵੀ ਲੱਗਦੀ ਆ ਅੰਮ੍ਰਿਤਸਰ ਉੱਥੇ ਹੀ ਹਾਜ਼ਰੀ ਲੱਗਦੀ ਹੈ ਜਦੋਂ ਲੱਗਦੀ ਹੈ ਵੀਪ੍ਰੈਕ ਹਾਏ ਹਾਏ ਸਰ ਹਾਏ ਹਾਓ ਆਰ ਯੂ ਸਰ ਹਮ ਆਪਕੇ ਸ਼ਹਿਰ ਮੇਂ ਦੁਬਈ ਮੇਂ ਹੈ ਸਰ ਰਾਜਨ ਨੋਟਿਆਲ ਥੈਂਕ ਯੂ ਸੋ ਮਚ ਬ੍ਰਦਰ ਠੀਕ ਹੈ ਕਰਦੇ ਹਾਂ ਸ਼ੁਰੂ ਫਿਰ ਮਤਲਬ ਸ਼ੁਰੂ ਕੀ ਮਤਲਬ ਨੋਰਮਲੀ ਗੱਲਾਂ ਕਰਨੀਆਂ ਇੱਕ ਤਾਂ ਸਾਰਿਆਂ ਦਾ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਵੀ ਜੋ ਵੀ ਮੋਹ ਦੇਖਣ ਗਏ ਅਤੇ ਜਿਨ੍ਹਾਂ ਦੇ ਇੰਨੇ ਇੰਨੇ ਸਾਰੇ ਜਿਨ੍ਹਾਂ ਦੇ ਮੋਹ ਸਾਡੀ ਫਿਲਮ ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਵੀ ਥੈਂਕ ਯੂ ਸੋ ਮਚ ਜਿਹੜੇ ਮੋਹ ਦੇਖਣ ਗਏ ਅਤੇ ਜਿਨ੍ਹਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਜਿਨ੍ਹਾਂ ਨੇ ਇੰਨੇ ਸਾਰੇ ਮੈਸੇਜਿਸ ਕੀਤੇ ਇੰਨੇ ਸਾਰੇ ਟੈਗਸ ਚਾਹੇ ਉਹ ਫਿਲਮ ਦੀ ਕਹਾਣੀ ਨੂੰ ਲੈ ਕੇ ਹੋਣ ਚਾਹੇ ਉਹ ਗਾਣਿਆਂ ਨੂੰ ਲੈ ਕੇ ਹੋਣ ਚਾਹੇ ਉਹ ਐਕਟਿੰਗ ਨੂੰ ਲੈ ਕੇ ਹੋਣ ਚਾਹੇ ਉਹ ਸਰਗੁਣ ਦੀ ਹੋਵੇ ਜਾਂ ਕਿਸੇ ਦੀ ਹੋਵੇ ਹੈ ਨਾ ਅਤੇ ਬਹੁਤ ਬਹੁਤ ਸ਼ੁਕਰੀਆ ਚਾਹੇ ਉਹ ਡਾਇਰੈਕਸ਼ਨ ਨੂੰ ਲੈ ਕੇ ਹੋਣ ਬਹੁਤ ਟੈਗਸ ਆਏ ਬਹੁਤ ਟੈਗਸ ਆਏ ਥੈਂਕ ਯੂ ਸੋ ਮੱਚ ਅਤੇ ਦੇਖੋ ਅਸੀਂ ਤਾਂ ਕੀ ਮਤਲਬ ਸਾਡੇ ਡਾਇਰੈਕਟਰ ਸਾਹਿਬ ਨੇ ਜੱਗੀ ਭਾਈ ਨੇ ਜਿਗਰਾ ਕੀਤਾ ਸੀਗਾ ਜੀਰੇ ਵਾਲੀ ਫਿਲਮ ਸੀ ਇਹ ਨੋਰਮਲ ਬੰਦਾ ਇਹ ਫਿਲਮ ਨਹੀਂ ਕਰ ਸਕਦਾ ਅਤੇ ਸਾਨੂੰ ਪਹਿਲੇ ਦਿਨੋਂ ਪਤਾ ਸੀ ਇਹ ਫਿਲਮ ਕਰਨ ਲਈ ਜਿਗਰਾ ਚਾਹੀਦਾ ਅਤੇ ਉਹਨੇ ਵਿਖਾਇਆ ਅਤੇ ਅਸੀਂ ਨਾਲ ਕੋਸ਼ਿਸ਼ ਕੀਤੀ ਜਿਗਰੇ ਵਾਲੀ ਦੇਖ ਸਕਦੇ ਹਾਂ ਉਹਨੂੰ ਹੈ ਨਾ ਨੋਰਮਲ ਲੋਕਾਂ ਦੀ ਤਾਂ ਫਿਲਮ ਵੀ ਨਹੀਂ ਹੈਗੀ ਇਹ ਅਤੇ ਅਸੀਂ ਜਿਗਰਾ ਕੀਤਾ ਸਾਨੂੰ ਖੁਸ਼ੀ ਇਸ ਗੱਲ ਦੀ ਅਸੀਂ ਐਟਲੀਸਟ ਉਹ ਕੋਸ਼ਿਸ਼ ਕੀਤੀ ਜਿਹੜੀ ਹੋਰ ਕੋਈ ਕਰ ਨਹੀਂ ਰਿਹਾ ਜਿਹੜੀ ਹੋਰ ਕਿਸੇ ਨੇ ਕੀਤੀ ਨਹੀਂ ਮਤਲਬ ਫੇਲ ਪਾਸ ਇਹ ਨਹੀਂ ਪਤਾ ਇਹ ਤਾਂ ਤੁਸੀਂ ਦੱਸੋਗੇ ਟਾਈਮ 'ਤੇ ਕੀ ਹੋਣਾ ਕੀ ਨਹੀਂ ਹੋਣਾ ਅਤੇ ਪਾਸ ਹੋਏ
ਤਾਂ ਹੋਰ ਖੁਸ਼ੀ ਹੋਣੀ ਆ। ਮਤਲਬ ਸਾਨੂੰ ਲੱਗਣਾ ਇੱਦਾਂ ਕਿ ਜੋ ਅਸੀਂ ਜਿਗਰਾ ਕੀਤਾ ਸੀਗਾ ਵੀ ਉਹ ਬਾਕੀ ਲੋਕਾਂ 'ਚ ਵੀ ਸੇਮ ਹੀ ਜਿਗਰਾ, ਮਤਲਬ ਸੇਮ ਹੀ ਥੋਟ ਪ੍ਰੋਸੈਸ ਹੈ ਜਾਂ ਥੋਟ ਪ੍ਰੋਸੈਸ ਆ ਜਾਂ ਸੇਮ ਹੀ ਉਹ ਇੱਕ ਥਿੰਕਿੰਗ ਆ ਅਲੱਗ ਸਿਨੇਮਾ ਦੇਖਣ ਦੀ, ਅਲੱਗ ਸਟੋਰੀ ਦੇਖਣ ਦੀ, ਅਲੱਗ ਕਹਾਣੀ ਦੇਖਣ ਦੀ, ਸੁਣਨ ਦੀ, ਹੈ ਨਾ, ਉਹਨੂੰ ਮਹਿਸੂਸ ਕਰਨ ਦੀ। ਨਹੀਂ ਵੀ ਪਾਸ ਕੀਤਾ ਤਾਂ ਸਾਨੂੰ ਕਮ ਸੇ ਕਮ ਇਸ ਗੱਲ ਦੀ ਤਸੱਲੀ ਜ਼ਰੂਰ ਆ ਕਿ ਅਸੀਂ ਜਿਗਰਾ ਕੀਤਾ। ਉਹ ਦਿਖਾਉਣ ਦਾ ਜੋ ਦਿਖਾਇਆ ਨਹੀਂ ਜਾ ਰਿਹਾ, ਕਿਉਂਕਿ ਦਿਖਾਇਆ ਸਿਰਫ ਉਹੀ ਜਾ ਰਿਹਾ ਜੋ ਪਹਿਲਾਂ ਤੋਂ ਦੇਖ ਹੀ ਰਹੇ ਹੋ ਤੁਸੀਂ ਸਾਰਾ ਕੁਛ। ਬਸ ਇਹੀ ਆ, ਮਤਲਬ ਮੋਹ ਬਾਰੇ ਮੈਂ ਇੰਨਾ ਹੀ ਕਹੂੰਗਾ ਵੀ ਯਾਰ ਜਿਨ੍ਹਾਂ ਨੇ ਦੇਖ ਲਈ ਅਤੇ ਜਿਨ੍ਹਾਂ ਨੇ ਦੇਖ ਕੇ ਫੀਡਬੈਕ ਦਿੱਤਾ ਜਾਂ ਮੈਸੇਜਿਸ ਕੀਤੇ ਹਾਲੇ ਤੱਕ ਕਰ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਅਤੇ ਜਿਨ੍ਹਾਂ ਨੇ ਨਹੀਂ ਦੇਖੀ ਜਾ ਕੇ ਆਉਣ ਦੇਖਣ, ਪੰਜਾਬੀ ਸਿਨੇਮਾ ਦੀ ਨਵੀਂ ਚੀਜ਼ ਨੂੰ ਐਪਰੀਸ਼ੀਏਟ ਕਰਨ, ਅਤੇ ਜੇ ਐਪਰੀਸ਼ੀਏਟ ਨਾ ਵੀ ਕਰਨ ਤਾਂ ਸਾਨੂੰ ਆ ਕੇ ਮਤਲਬ ਮੈਸੇਜਿਸ ਬੋਕਸ ਜਾਂ ਕਮੈਂਟ 'ਚ ਦੱਸਣ ਵੀ ਯਾਰ ਗੱਲ ਨਹੀਂ ਬਣੀ, ਅਤੇ ਗੱਲ ਬਣੀ ਤਾਂ ਫਿਰ ਉਹ ਵੀ ਦੱਸਣ, ਹੈ ਨਾ, ਕਿਉਂਕਿ ਬਹੁਤ ਜ਼ਰੂਰੀ ਆ। ਅਦਰਵਾਈਜ਼ ਇੱਦਾਂ ਦੀਆਂ ਫਿਲਮਾਂ ਦੁਬਾਰਾ ਕਦੇ ਬਣਨੀਆਂ ਨਹੀਂ, ਫਿਰ ਉਹੀ ਫਿਲਮਾਂ ਬਣਨੀਆਂ ਵੀ ਤੁਸੀਂ ਗਏ ਅਤੇ 100-200 ਰੁਪਏ ਪੋਪਕੋਰਨ ਖਾਧੇ ਹਾਹਾ ਕਰਕੇ ਆ ਗਏ, ਹੈ ਨਾ। ਅਤੇ ਸਾਰੀਆਂ ਫਿਲਮਾਂ ਵਧੀਆ ਹੁੰਦੀਆਂ ਨੇ, ਪਰ ਜਿਹੜੀਆਂ ਫਿਲਮਾਂ ਤੁਹਾਡੇ ਜੀਰੇ ਨਾਲ ਬਣਦੀਆਂ ਨੇ ਉਹਨੂੰ ਐਪਰੀਸ਼ੀਏਟ ਕਰਨਾ ਜ਼ਰੂਰੀ ਹੈ, ਅਤੇ ਉਹ ਬਹੁਤ ਜ਼ਰੂਰੀ ਆ। ਬਸ ਇਹੀ ਸੀ, ਹੋਰ ਤਾਂ ਕੁਛ ਨਹੀਂ। ਜਿਨ੍ਹਾਂ ਨੇ ਮੋਹ ਦੇਖੀ ਉਹ ਥੈਂਕ ਯੂ ਸੋ ਮੱਚ, ਨਹੀਂ ਦੇਖੀ ਤਾਂ ਦੇਖ ਕੇ ਆਓ। ਹੁਣ ਮੈਸੇਜਿਸ ਪੜ੍ਹ ਲਾਂ ਕਿ ਅਪਸਰਾ 2 ਕਦ ਆਏਗਾ। ਅਪਸਰਾ 2 ਯਾਰ ਮੈਨੂੰ ਵੀ ਨਹੀਂ ਪਤਾ ਕਦੋਂ ਆਉਣਾ ਸਹੀ ਮਾਇਨੇ 'ਚ, ਮਤਲਬ ਮੇਰੀ ਹਾਲੇ ਓਨੀ ਤੁਸੀਂ ਕਹਿ ਸਕਦੇ ਹੋ ਕਾਬਲੀਅਤ ਨਹੀਂ ਜਾਂ ਹਾਲੇ ਉਹ ਵਕਤ ਨਹੀਂ ਆਇਆ। ਮਤਲਬ ਅਪਸਰਾ 2 ਹਾਲੇ ਮੈਂ ਲਿਖ ਨਹੀਂ ਪਾਇਆ, ਲਿਖਣਾ ਸ਼ੁਰੂ ਕੀਤਾ ਹੋਇਆ ਮੈਂ, ਅਤੇ ਹਾਲੇ ਉਹ ਮੂਮੈਂਟ ਨਹੀਂ ਆਈ, ਹਾਲੇ ਉਹ ਨੈਚੁਰਲੀ ਇੱਕ ਕਾਲ ਨਹੀਂ ਆਈ, ਮਤਲਬ ਤੁਸੀਂ ਅਪਸਰਾ 2 ਲਿਖੋ। ਅਤੇ ਪਰ ਮੈਨੂੰ ਉਮੀਦ ਆ ਕਿ ਛੇਤੀ ਤੋਂ ਛੇਤੀ ਹੋ ਸਕਦਾ, ਹੈ ਨਾ। ਗਗਨ ਯਾਦਵ, ਲਵ ਯੂ ਟੂ ਬ੍ਰਦਰ। ਚੰਡੀਗੜ੍ਹ ਕਦੋਂ ਆਓਗੇ? ਚੰਡੀਗੜ੍ਹ ਆ ਜਾਵਾਂਗੇ, ਬਸ ਜਲਦੀ ਆ ਜਾਵਾਂਗੇ ਉਰੇ। ਅਤੇ ਸੱਚ ਮੋਹ 'ਚ ਮੈਨੂੰ ਮੇਰੀ ਸ਼ਾਇਰੀ ਦੇ ਬਹੁਤ ਟੈਗ ਨੇ, ਬਹੁਤ ਜ਼ਿਆਦਾ ਟੈਗ ਨੇ। ਅਤੇ ਉਹ ਸ਼ਾਇਰੀ ਜਿਹੜੀ ਜੱਗੀ ਭਾਈ ਨੇ, ਜੋ ਜੱਗੀ ਭਾਈ ਦਾ ਵਿਜ਼ਨ ਸੀਗਾ, ਮੈਂ ਬਸ ਉਹਨੂੰ ਲਫਜ਼ਾਂ 'ਚ ਬਿਆਨ ਕੀਤਾ, ਹੈ ਨਾ, ਕਿ ਇੱਕ ਐਸਾ ਚਮਤਕਾਰ ਹੋਇਆ, ਇੱਕ ਐਸਾ ਚਮਤਕਾਰ ਹੋਇਆ, ਫਰਿਆਦ ਬਣ ਕੇ ਜੰਮਿਆ, ਜਿਹੜੀ ਕਦੇ ਨਹੀਂ ਮਿੱਟ ਸਕਦੀ, ਉਹ ਯਾਦ ਬਣ ਕੇ ਜੰਮਿਆ। ਇੱਕ ਐਸਾ ਚਮਤਕਾਰ ਹੋਇਆ, ਫਰਿਆਦ ਬਣ ਕੇ ਜੰਮਿਆ, ਜਿਹੜੀ ਕਦੇ ਨਹੀਂ ਮਿੱਟ ਸਕਦੀ, ਉਹ ਯਾਦ ਬਣ ਕੇ ਜੰਮਿਆ। ਇਹ ਜ਼ਮਾਨਾ ਪਾਗਲ ਖਾਨਾ, ਹੁਣ ਕਿਵੇਂ ਕਰੂੰ ਜੁਦਾ, ਮੈਂ ਤੇਰੀ ਮੁਹੱਬਤ ਬਣ ਕੇ ਮਰਿਆ ਸੀ, ਤੇਰੀ ਔਲਾਦ ਬਣ ਕੇ ਜੰਮਿਆ। ਮੈਂ ਤੇਰੀ ਮੁਹੱਬਤ ਬਣ ਕੇ ਮਰਿਆ ਸੀ, ਤੇਰੀ ਔਲਾਦ ਬਣ ਕੇ ਜੰਮਿਆ। ਮੈਂ ਇਹ ਜਦੋਂ ਮੈਂ ਲਿਖ ਰਿਹਾ ਸੀਗਾ, ਮੈਨੂੰ ਖੁਦ ਨੂੰ ਐਂ ਲੱਗ ਰਿਹਾ ਸੀ ਯਾਰ, ਮੈਂ ਮਤਲਬ ਬਹੁਤ ਅਲੱਗ ਚੀਜ਼ ਆ, ਸ਼ਾਇਦ ਪਹਿਲਾਂ ਨਹੀਂ ਕਿਸੇ ਨੇ ਸੁਣੀ, ਮੈਂ ਖੁਦ ਨਹੀਂ ਸੁਣੀ ਸੀ ਇੱਦਾਂ ਦੀ ਗੱਲ, ਹੈ ਨਾ, ਜੋ ਲਿਖੀ ਗਈ। ਅਤੇ ਤੁਸੀਂ ਬਹੁਤ ਪਿਆਰ ਦਿੱਤਾ, ਬਹੁਤ ਜ਼ਿਆਦਾ ਮੈਨੂੰ ਹਾਲੇ ਵੀ ਟੈਗਸ ਆ ਰਹੇ ਆ ਫਿਲਮ ਦੇਖਣ ਤੋਂ ਬਾਅਦ, ਜਿਹੜਾ ਬੰਦਾ ਦੇਖ ਕੇ ਆਉਂਦਾ ਬਹੁਤ ਜ਼ਿਆਦਾ ਪਿਆਰ ਦਿੰਦਾ, ਹੈ ਨਾ। ਮੈਂ ਨਹੀਂ ਸੋਚਿਆ ਸੀ ਵੀ ਉਸ ਚੀਜ਼ ਨੂੰ, ਉਸ ਸ਼ਾਇਰੀ ਨੂੰ ਇੰਨੀ ਜ਼ਿਆਦਾ ਮੁਹੱਬਤ ਮਿਲਣੀ ਆ। ਅਸੀਂ ਉੱਥੇ ਗਾਣਾ ਨਹੀਂ ਰੱਖਿਆ, ਮੇਰੀ ਤਾਂ ਜੱਗੀ ਭਾਈ ਦੀ ਗੱਲ ਹੁੰਦੀ ਸੀ, ਉੱਥੇ ਗਾਣਾ ਨਹੀਂ ਰੱਖਣਾ, ਅਤੇ ਕੁਛ ਹੋਰ। ਸਰਗੁਣ ਵੀ ਆ ਗਿਆ, ਸਰਗੁਣ ਸਵਾਗਤ ਹੈ, ਅਤੇ ਵੈਲਕਮ ਵੈਲਕਮ। ਅਤੇ ਅਸੀਂ ਸੋਚਿਆ ਸੀ ਗਾਣਾ ਨਹੀਂ ਰੱਖਣਾ ਉੱਥੇ, ਉੱਥੇ ਪੋਇਟਰੀ ਰੱਖਾਂਗੇ, ਅਤੇ ਅਸੀਂ ਰੱਖੀ। ਤੁਸੀਂ ਉਹਨੂੰ, ਮੈਨੂੰ ਲੱਗਦਾ ਮਤਲਬ ਤੁਸੀਂ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ, ਉਹਨੂੰ ਕਬੂਲ ਕੀਤਾ, ਥੈਂਕ ਯੂ ਸੋ ਮੱਚ ਉਸ ਚੀਜ਼ ਲਈ, ਥੈਂਕ ਯੂ ਸੋ ਮੱਚ। ਚਲ ਹੁਣ ਲੋਟੇ ਕਮੈਂਟ ਪੜ੍ਹ ਲਈਏ। ਲਵ ਯੂ ਫਰੋਮ ਲੋਟ, ਲੋਟ ਵਾਲਿਓ, ਕਿਵੇਂ ਹੋ, ਠੀਕ ਹੋ, ਲਵ ਯੂ ਟੂ ਬ੍ਰਦਰ। ਸਰਗੁਣ ਨੇ ਸਮਾਈਲੀਆਂ ਭੇਜਤੀਆਂ, ਲਿਖਿਆ ਕੁਛ ਨਹੀਂ, ਲਿਖਣਾ ਵੀ ਬਣਦਾ ਕੁਛ, ਦੇਖੋ। ਯਾਰ ਇੱਕ ਤਾਂ ਇੰਨੇ ਟਾਈਮ ਬਾਅਦ ਲਾਈਵ ਆਇਆ ਨਾ, ਤਾਂ ਗੱਲਾਂ ਕਰਨ ਦਾ ਉਹ ਨਾ ਉਹ ਹਿਸਾਬ ਕਿਤਾਬ ਜਿਹਾ ਖਤਮ ਹੋਇਆ ਪਿਆ, ਪਤਾ ਨਹੀਂ ਲੱਗ ਰਿਹਾ ਕੀ ਗੱਲ ਕਰਨੀ ਹੈ ਕੀ ਨਹੀਂ ਕਰਨੀ, ਹੈ ਨਾ। ਸਪੈਸ਼ਲੀ ਤਾਂ ਵੈਸੇ ਮੂੰਹ ਪਿੱਛੇ ਆਇਆ ਸੀ ਮੈਂ, ਵੀ ਥੈਂਕ ਯੂ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਦੇਖ ਲਈ, ਨਹੀਂ ਦੇਖ ਜਿਨ੍ਹਾਂ ਨੇ ਨਹੀਂ ਦੇਖੀ ਉਹ ਦੇਖ ਆਉਣ, ਅਤੇ ਜਿਨ੍ਹਾਂ ਦਾ ਦੇਖਣ ਦਾ ਮੂਡ ਨਹੀਂ ਹੈਗਾ ਉਹਨਾਂ ਨੂੰ ਵੀ ਥੈਂਕ ਯੂ, ਕੋਈ ਚੱਕਰ ਨਹੀਂ ਹੈ। ਅਤੇ ਪਰ ਦੇਖ ਕੇ ਜ਼ਰੂਰ ਆਇਓ, ਬਹੁਤ ਵਧੀਆ ਫਿਲਮ, ਬਹੁਤ ਵਧੀਆ ਸਿਨੇਮਾ। ਹੁਣ ਸ਼ਾਇਰ ਲਈ ਕਿਵੇਂ ਲਿਖਾਂ ਕੁਛ, ਲੈ ਹੁਣ ਸ਼ਾਇਰ ਲਈ ਕਿਵੇਂ, ਮਤਲਬ ਸਾਰੀ ਜ਼ਿੰਦਗੀ ਹੁਣ ਇਕੱਲਾ ਸ਼ਾਇਰ ਹੀ ਲਿਖਦਾ ਰਹੇ, ਤੁਸੀਂ ਵੀ ਤਾਂ ਲਿਖੋ ਕੁਛ।
हेलो मैं रमाना का बर्थडे है, रमाने रमाने का। हाँ बर्थडे अभी आज बनावांगे, आज मतलब कल, सॉरी 12 बजे तो बाद। शिवे शिव शिवे बड़ा बहुत बड़ा फैन हूँ। थैंक यू सो मच ब्रदर, थैंक यू सो मच। जो कुछ पूछना अगले 1-2 मिनट च पूछ लो, क्योंकि ज़्यादा लाइव होना नहीं गा, फिर मैं निकल जाना। फिर पता नहीं किन्ने महीने बाद लाइव होना, आई डोंट नो। अज मेरा दिल जहा किया सी, मैं चले अज लाइव जाने। थैंक यू कर दी घट्टो घट्ट इन्ना तो बनते ही है, जिहड़े बंदे फिल्म देखण गए या जो नवे गाने भी सुन रहे हैं, चाहे वह पीकॉक है या कोई भी होर है ना। तो थैंक यू सो मच सारे का। मैं जिन्ना भी थैंक यू करा उन्हें घट्ट है, क्योंकि मैंने पता मैंने कितनी मुहब्बत मिलती है। जिनी मेरी औकात भी नहीं हैगी, उस तो बहुत ज़्यादा मुहब्बत मैंने मिलती है। जिन्ना मतलब मैंने लगता जिन्ना मेरे च टैलेंट है भी नहीं, उस तो वह मैनू दिखाया जाता भी तेरे च है। तो बहुत शुक्रिया। बी प्रैका जानी, हाँ जी हाँ जी बिल्कुल, फॉरएवर। विजय रंधावा जी आ गए, बहुत वधिया सॉन्ग सॉन्ग। थैंक यू सो मच कोमल, थैंक यू सो मच। भाई हमारा नाम भी लै दो, सौरव लै था यार उस्ताद, होर दस। अच्छा तुम मैनू ये जरूर दसना है, किन्नी पिछे हो गाने गाने तो हम पता ही। गाने तो जो यार मुरशद भी आया सीगा, मतलब उन्हें पहला मैं मुरशद टाइटल रखना सीगा, फिर सब कुछ रखा गया है ना। तो दो दो टाइटल उस गाने दे बेसी बेसिकली था। तो मैनू खुशी सी, मैनू पता सी तुसी बहुत पसंद करने गाने, तो उही होया क्योंकि वो बहुत अलग तरीके नाल बनाए गए गाने सी, बहुत मेहनत की प्रैकी भाई ने भी, तो मेरी भी थोड़ी बहुत मेहनत लगी, साड़ी सारी टीम दी, साड़े सारे अरेंजर्स दी, सारे म्यूजिशियंस दी, है ना। बहुत बहुत मेहनत की असी। तो वो मैं पहले गाने की रिस्पॉन्स तो पता लग गया सी भी तुसी बहुत वधिया रिस्पॉन्स दे रहे हो। या सरगुन ने वैसे इन्ना सोहना लिखा कि फिल्म नू 100 चन्न ला दे। थैंक यू सो मच हो भी, थैंक यू लैस। अच्छा हम 100 चन्न, मैं ना कल जिहड़ी शायरी सरगुन लई पाई सी ना, वो मैं मतलब वो फोकी शायरी नहीं सी, फोकी शायरी इन द सेंस उन्होंने मतलब मैं मीन करदा हाँ ना, वो मतलब वो मैं सच्ची गल लिखी सी, क्योंकि मैं जो मोह देखी ना, सरगुन भी सुनती है, जग्गी भाई भी सुनते होणगे, तो होर तुसीं सारे सुन रहे हो। तो मैनू ऐं लगदा सीगा वी मैं मोह फिल्म नू अपनी रूह अपनी जान दित्ती है, बहुत मेहनत करके तो बहुत अलग लिख के, है ना। तो मैनू ऐं लगदा सी वी मेरे किते गाने करके या प्रैकी भाई दे गाए गाने करके, साड़ी पूरी एक म्यूजिक एल्बम करके वो फिल्म ने स्टैंड करना। तो स्टोरी तो है ही है कमाल दी सी उहदी, है ना। पर सारियां गल्लां ना झूठ निकलियां, गलत निकलियां, क्योंकि मैं जदों मोह देखी तो मोह च मैं देखी स्पैशली स्पैशली सरगुन दी परफॉर्मेंस, है ना। सरगुन नाल बहुत सालों का काम कर रहे हैं असीं, है ना, बहुत सालों के काम कर रहे हैं, गाणियां च भी काम किया, मूवी च भी काम किया। कदे भी इदा दा मतलब इदा दा वक्त आया नहीं जदों सरगुन दी एक्टिंग ते कोई किंतु परंतु होवे या कोई शक किया जाए, है ना। पर आ जिहड़ी मूवी च मैं सरगुन नूं भी कहा, सरगुन सुनदी है, मैं आ जिहड़ी मूवी च सरगुन ने एक्टिंग की है ना, शुरू तो लैके एंड तक, आई नहीं कोई एक सीन की मैं गल कर रहा, शुरू तो लैके एंड तक मतलब मैनू ऐ लग रहा सी खत्म ही ना होवे। ते मतलब मैं लिख के भी पाया सी लैजेंडरी परफॉर्मेंस, आप जिन्हों कहने ना भी जी लैगेसी थोड़े नाल जानी आ, वो सरगुन की परफॉर्मेंस ही है ना। तो मैं जग्गी भाई नूं भी ये कहना चाहुंदा, मैनू नहीं पता मूवी चलनी नहीं चलनी, किन्नी चलनी किन्नी नहीं चलनी, कौन इस मूवी तो की लैके निकलूगा, मैनू नहीं पता भी तुसी की लैके निकलोगे, गीताज की लैके निकलूगा, मैं की लैके मतलब प्रैकी भाजी की लैके निकलणगे या सरगुन की लैके निकलूगी। मैं जो लैके निकले है ना वो बहुत प्राइसलैस चीज़ है। मैं सरगुन मेहता लैके निकलिया, उनकी एक्टिंग, उनके जज्बात, उनका जज्बा नाल लैके निकलिया, है ना। जो जो उन्हें स्क्रीन पर किया, मैनू 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 बहुत कुछ सीखने को मिले। मैनू ए लग्या भी यार तेरी मेहनत भी हले ना, वो कहने ना जिम्मे इनफ नहीं हैगी, मतलब बहुत ज़्यादा नहीं हैगी जो सरगुन ने किया, मेरे मेरे काम से मिट्टी पा दी उस कुड़ी ने। मैनू ए लगता सीगा भी मैं बहुत वधिया काम किया, पर ना सरगुन ने बहुत वधिया काम किया, मतलब क्या स्टोरी सी, ते सरगुन ने क्या बन के रखे, कमाल। अपनी आवाज़ आपकी आवाज़ दिल को छू जाती है, थैंक यू सो मच, थैंक यू सो मच।
ਭਾਈ ਜਾਨੀ ਵੇ ਐਲਬਮ ਕਰਨਾ, ਜਾਨੀ ਵੇ ਐਲਬਮ ਦੱਸਤਾ ਕੋਨੋ ਦੀ ਖਤਮ ਖਤਮ ਹੋ ਗਈ ਆ ਹੁਣ, ਹੁਣ ਤੱਕ ਨਵੀਂ ਐਲਬਮਾਂ ਦੀ ਗੱਲ ਕਰੋ, ਹੁਣ ਤਾਂ ਜਦੋਂ ਆਉਣ ਬਸ ਕਰ ਦਿਓ ਜਾਨੀ, ਹੁਣ ਤਾਂ ਮੈਨੂੰ ਸ਼ਰਮ ਲੈ ਹੁਣ ਜਿਹੜਾ ਬੰਦਾ ਸਰਗੁਣ ਕਹਿੰਦੀ ਬਸ ਕਰ ਦਿਓ, ਮੈਂ ਤਾਂ ਕਹਿ ਰਿਹਾ ਜਿਹੜਾ ਬੰਦਾ ਤਾਰੀਫ ਦੇ ਕਾਬਿਲ ਆਉਂਦੀ ਤਾਰੀਫ ਹੋਣੀ ਚਾਹੀਦੀ ਹੈ, ਅਤੇ ਐਜ਼ ਐਨ ਆਰਟਿਸਟ ਮੈਂ ਕਿਸੇ ਦੂਸਰੇ ਆਰਟਿਸਟ ਦੀ ਤਾਰੀਫ ਜੇ ਨਹੀਂ ਕਰ ਸਕਦਾ ਫਿਰ ਮੈਂ ਆਰਟਿਸਟ ਹੈ ਹੀ ਨਹੀਂ, ਹੈ ਨਾ। ਮੈਨੂੰ ਓਨੈਸਟਲੀ ਮੈਂ ਓਵਰ ਐਕਸਾਈਟਡ ਹੋ ਕੇ ਸ਼ਾਇਦ ਜ਼ਿਆਦਾ ਤਾਰੀਫ ਕਰ ਰਿਹਾ, ਪਤਾ ਨਹੀਂ, ਪਰ ਜੋ ਸੱਚ ਆ ਉਹ ਸੱਚ ਆ, ਮੈਨੂੰ ਲੱਗਦਾ ਜੋ ਮੈਂ ਦੇਖਿਆ ਉਹ ਮੈਂ ਦੱਸ ਰਿਹਾ ਅੱਜ ਤੱਕ ਦੀ, ਮੈਨੂੰ ਟਿਲ ਡੇਟ ਸਰਗੁਣ ਦੀ ਸਭ ਤੋਂ ਬੈਸਟ ਜਿਹੜੀ ਅਦਾਕਾਰੀ ਆ ਨਾ ਉਹ ਇਸ ਫਿਲਮ ਦੀ ਸੀਗੀ, ਅਤੇ ਉਸ ਲਈ ਜੱਗੀ ਬਾਈ ਨੂੰ ਬਹੁਤ ਵਧਾਈਆਂ, ਕਿਉਂਕਿ ਜਿਗਰਾ ਕੀਤਾ ਉਹਨਾਂ ਨੇ ਵੀ ਇੱਦਾਂ ਦੀ ਮੂਵੀ ਬਣਾਉਣ ਲਈ, ਜਦੋਂ ਜਦੋਂ ਮੂਵੀਜ਼ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਆ, ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਹੋਵੇ, ਹੈ ਨਾ, ਉਹਨਾਂ ਦੀ ਕਲੈਕਸ਼ਨਸ ਨੂੰ ਲੈ ਕੇ ਮੈਨੂੰ ਪਤਾ ਸਾਰੀਆਂ ਚੀਜ਼ਾਂ, ਪਰ ਇਹ ਮੂਵੀ ਉਸ ਤੋਂ ਬਾਹਰ ਦੀ ਮੂਵੀ ਆ, ਤੋ ਕੋਈ ਚੱਕਰ ਨਹੀਂ, ਕੋਈ 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 ਚੱਕਰ ਨਹੀਂ, ਕੋਈ ਗਿਲਾ ਸ਼ਿਕਵਾ ਨਹੀਂ। ਹੋਰ ਮੈਸੇਜ ਯੂਰ ਲਾਈਨਸ ਐਟ ਦ ਐਂਡ ਆਫ ਮੂਵੀ, ਮੋਰ ਸ਼ਾਇਰੀ ਸੁਣਾ ਦੋ ਬੰਦੇ ਨੇ, ਸ਼ਾਇਰੀ ਹੁਣ ਸੁਣਾ ਕੇ ਤੁਹਾਡੇ ਆਪਾਂ ਉਹ ਮੈਸੇਜ। ਅੱਛਾ ਲੋਟਾ ਜੀ ਮੈਨੂੰ ਕਹਿ ਰਹੇ ਸ਼ਾਇਰੀ ਸੁਣਾ ਦਿਓ ਯਾਰ, ਮੈਂ ਕੋਈ ਚੱਕਰ ਨਹੀਂ ਹੈ, ਅਦਰ ਲੈਂਗੁਏਜਸ ਮੈਂ ਟਰਾਂਸਲੇਟ ਕਰੋ ਜਾਂ ਅਦਰ ਲੈਂਗੁਏਜਸ ਬਾਰੇ ਤਾਂ ਯਾਰ ਜੱਗੀ ਭਾਈ ਨੂੰ ਪਤਾ, ਮੈਨੂੰ ਨਹੀਂ ਪਤਾ, ਅਤੇ ਪਲੀਜ਼ ਕਮ ਆਗਰਾ ਆਵਾਂਗੇ ਯਾਰ ਕਿਸ ਦਿਨ, ਜਿਸ ਦਿਨ ਹਾਰਡੀ ਭਾਈ ਦੀ ਡੈਬਿਊ ਐਲਬਮ ਹੈ, ਹਾਰਡੀ ਭਾਈ ਦੀ ਡੈਬਿਊ ਐਲਬਮ ਜੇ ਕਰਨ ਲੱਗ ਗਏ ਨਾ ਉਸਤਾਦ, ਮੇਰੀ ਅੱਧੀ ਉਮਰ ਲੰਘ ਜਾਣੀ ਹੈ, ਸਿੰਗਲ ਸਿੰਗਲ ਗਾਣੀ ਠੀਕ ਆ, ਸਿਰਫ ਸ਼ਾਇਰੀ, ਸਿਰਫ ਸ਼ਾਇਰੀ ਵਾਲੀ ਐਲਬਮ ਆ ਜਾਣੀ ਹੈ ਯਾਰ, ਉਹ ਤਾਂ ਕੰਮ ਚੱਲ ਰਿਹਾ ਬਹੁਤ ਵਕਤ ਰਿਹਾ, ਬਹੁਤ ਮਹੀਨੇ ਹੋ ਗਏ, ਉਹ ਆ ਜਾਣੀ ਆ, ਉਹ ਬੀ ਪ੍ਰੈਗ ਭਾਈ ਦੀ ਐਲਬਮ ਤੋਂ ਬਾਅਦ ਕਰਾਂਗੇ। ਪਾਣੀ ਪੀ ਲਈਏ ਤਾਂ, ਬਸ ਇੱਕ ਅੱਧੇ ਮਿੰਟ 'ਚ ਮੈਂ ਨਿਕਲਣ ਲੱਗਿਆ, ਜਾਨੀ ਸਰ ਟੇਕ ਮਾਈ ਨੇਮ, ਨੇ ਨਾਮ ਲੈਣ ਨਾਲ ਕੀ ਹੋ ਜੂਗਾ ਉਸਤਾਦ, ਕਿਆ ਹੋ ਜਾਂਦਾ ਨਾਮ ਲੈਣ ਦਾ, ਮੈਨੂੰ ਸਮਝ ਨਹੀਂ ਆਈ। ਭਾਅ ਜੀ ਹਰਿਆਣਾ ਵੀ ਆ ਜਾਓ, ਹਰਿਆਣਾ ਤਾਂ ਅਸੀਂ ਆਉਣੇ ਰਹਿੰਦੇ ਹਾਂ ਯਾਰ, ਹਰਿਆਣਾ ਤਾਂ ਸਾਡੇ ਨਾਲ ਹੀ ਆ, ਅਸੀਂ ਆਉਣੇ ਰਹਿੰਦੇ ਹਾਂ। ਯੂ ਸ਼ਾਇਰੀ ਸੋ ਗੁੱਡ ਮੈਨ ਲਵ, ਥੈਂਕ ਯੂ ਸੋ ਮਚ ਕਾਜਲ, ਥੈਂਕ ਯੂ ਸੋ ਮਚ। ਅਤੇ ਨਿਖਿਲ ਦਵੇਦੀ ਸ਼ੂ ਲਿਆਉਣਾ ਬਾਈ, ਇਹ ਬੰਦੇ ਦਾ ਹਮੇਸ਼ਾ ਹੀ ਰੌਲਾ, ਜਦੋਂ ਕਦੇ ਬੰਦਾ ਬਾਹਰ ਜਾਂਦਾ ਸ਼ੂ ਲਿਆਉਣਾ ਬਾਈ, ਇਸ ਵਾਰ ਤਾਂ ਲਈ ਹੋਣੇ, ਹੁਣ ਦੁਬਾਰਾ ਆਉਣਾ ਕਹੀਂ ਫਿਰ ਉਸਤਾਦ, ਠੀਕ ਹੈ ਜੀ। ਮੈਂ ਆਈ ਥਿੰਕ ਬਹੁਤ ਟਾਈਮ ਹੋ ਗਿਆ ਹੁਣ, ਇੰਨੀਆਂ ਗੱਲਾਂ ਆਉਂਦੀਆਂ ਸੀਗੀਆਂ, ਮਹਾਰਾਸ਼ਟਰ ਮਹਾਰਾਸ਼ਟਰ ਆਵਾਂਗੇ ਬ੍ਰਦਰ, ਐਂਡ ਠੀਕ ਹੈ ਕੀ ਲਿਖਿਆ, ਬਹੁਤ ਦਿਲ 'ਚ ਤਮੰਨਾ ਤੁਸੀਂ ਦੇਬੀ ਭਾਈ ਜੀ ਨਾਲ, ਦੇਬੀ ਭਾਈ ਯਾਰ, ਦੇਬੀ ਭਾਈ ਨਾਲ ਗਾਣਾ ਮਤਲਬ ਕੌਣ ਨਹੀਂ, ਕੌਣ ਨਹੀਂ ਕਰਨਾ ਚਾਹੁੰਦਾ, ਦੇਬੀ ਭਾਈ ਨੂੰ ਦੇਖ ਦੇਖ ਕੇ ਤਾਂ ਅਸੀਂ ਸਿੱਖੇ ਹਾਂ, ਮਤਲਬ ਉਹ ਐਡੇ ਵੱਡੇ ਲੈਜੈਂਡ ਬੰਦੇ ਨੇ, ਮਤਲਬ ਉਹ ਉਹਨਾਂ ਮਤਲਬ ਉਹਨਾਂ ਦੀ ਉਹਨਾਂ ਨੂੰ ਤਾਂ ਦੇਖ ਦੇਖ ਕੇ ਅਸੀਂ ਸਿੱਖੇ ਹਾਂ, ਮਤਲਬ ਉਹਨਾਂ ਨਾਲ ਗਾਣਾ ਕਰਨ 'ਚ ਵੈਸੇ ਹੀ ਡਰ ਲੱਗਦਾ। ਕਿੰਨਾ ਕਿਸੇ ਨੇ ਮੈਸੇਜ ਆਇਆ ਗਾ, ਤਹਿਜ਼ੀਬ ਭਾਈ ਕੇ ਸਾਥ ਕੋਈ ਕੰਮ, ਤਹਿਜ਼ੀਬ ਭਾਈ ਨੂੰ ਮੈਂ ਹੁਣ ਮਿਲਿਆ, ਔਰ ਕਿਆ ਹੀ ਸਾਡੀ ਮੁਲਾਕਾਤ ਰਹੀ ਹੈ, ਅਤੇ ਕੋਸ਼ਿਸ਼ ਕਰਾਂਗੇ ਜਲਦੀ ਕੁਛ ਕਰੀਏ ਅਸੀਂ, ਹੈ ਨਾ, ਪਰ ਕਿਆ ਮੁਲਾਕਾਤ ਸੀ। ਸੋ ਚਲੋ ਠੀਕ ਹੈ ਦੋਸਤੋ, ਇੰਨੀ ਹੀ ਅੱਜ ਦੀ ਆਪਾਂ ਉਹ ਰੱਖਦੇ ਹਾਂ ਗੱਲਬਾਤ, ਕਿਉਂਕਿ ਪ੍ਰੈਕਟਿਸ ਵੀ ਨਹੀਂ ਹੈਗੀ, ਮੈਂ ਕਿਹੜਾ ਲਾਈਵ ਆਉਣਾ ਰੋਜ਼, ਮੈਂ ਗੱਲਾਂ ਕਰ ਸਕਾਂ ਅਤੇ ਉਹ ਕਰ ਸਕਾਂ, ਵੀ ਤੁਹਾਨੂੰ ਬਹੁਤ ਐਂਟਰਟੇਨ ਕਰ ਸਕਾਂ। ਅਤੇ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਮੋਹ ਦੇਖੀ, ਜਿਨ੍ਹਾਂ ਨੇ ਨਹੀਂ ਦੇਖੀ ਦੇਖ ਕੇ ਆਓ, ਅਤੇ ਦੱਸੋ ਕਿਵੇਂ ਲੱਗੀ ਕਿਵੇਂ ਨਹੀਂ ਲੱਗੀ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਹਮੇਸ਼ਾ ਇੰਨਾ ਸਾਥ ਦਿੰਦੇ ਹੋ, ਹਮੇਸ਼ਾ ਮਤਲਬ ਮੇਰੀ ਸੋਚ ਤੋਂ ਵੱਧ ਤੁਸੀਂ ਹਮੇਸ਼ਾ ਮੈਨੂੰ ਇੱਜ਼ਤ ਬਖਸ਼ੀ ਆ, ਹਮੇਸ਼ਾ ਐਪਰੀਸ਼ੀਏਟ ਕੀਤਾ, ਉਹਦੇ ਲਈ ਬਹੁਤ ਬਹੁਤ ਥੈਂਕ ਯੂ, ਅਤੇ ਬਸ ਇਹੀ ਹੈ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਥੈਂਕ ਯੂ ਸੋ ਮਚ।